बीते दिनों पंजाब सरकार की ओर से सरकार आपके द्वार मुहिम का आगाज किया गया था। इसी के तहत जालंधर के गुरु अमरदास नगर में वार्ड नंबर 1 और 2 से संबंधित क्षेत्रों में इस कैंप का आयोजन किया गया, जिसमें आम आदमी पार्टी नॉर्थ हल्का इंचार्ज दिनेश ढल ने शिरकत की। आम आदमी पार्टी के कार्यकर्ताओं के साथ साथ विभिन्न विभागों के अधिकारी भी लोगों की समस्याएं सुनने के लिए मौजूद रहे। इस संबंधी जानकारी देते हुए दिनेश ढल ने बताया कि सरकार आपके द्वार मुहिम लोगों के लिए बहुत ही सुविधाजनक है। इस कैंप के दौरान किसी भी व्यक्ति या किसी भी वार्ड से संबंधित कोई भी समस्या, जैसे पेंशन ना मिलना, सड़कें ना बनी हो, स्ट्रीट लाइट जैसी कई समस्याओं का समाधान एक ही छत के नीचे मिलेगा। इस कैंप में हर विभाग से संबंधित अधिकारी मौजूद रहेंगे, चाहे वे नगर निगम से जुड़ा हुआ हो या एडमिनिस्ट्रेशन से संबंधित हो। तो वहीं उन्होंने बताया कि ये कैंप शहरों में ही नहीं बल्कि सभी ग्रामीण क्षेत्रों में भी लगाए जाएंगे। इस अवसर पर आम आदमी पार्टी के युवा नेता कुणाल भी मौजूद रहे। जालंधर से पंकज शर्मा की रिपोर्ट। मेरी अगुवाई नहीं कैंप लग रहे ने सीएम सरदार भगवंत सिंह मान की अगुवाई। ਅਸੀਂ ਤਾਂ ਇੱਕ ਵਰਕਰ ਬੰਦੇ ਹਾਂ, ਸੇਵਾਦਾਰ ਬੰਦੇ ਹਾਂ। ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਜਿਹੜੇ ਸਾਡੇ ਸੀਐਮ ਸਾਹਿਬ ਦੀ ਸੋਚ ਹੈ ਵੀ ਜਿਹੜੀ ਜਿੰਨੀਆਂ ਸ਼ਿਕਾਇਤਾਂ ਨੇ ਨਾ, ਸ਼ਿਕਾਇਤਾਂ ਖਤਮ ਹੋਣੀਆਂ ਚਾਹੀਦੀਆਂ। ਅਤੇ ਪਿਛਲੇ ਅਸੀਂ 10-20 ਸਾਲ ਦੀ ਗੱਲ ਕਰੀਏ, ਵੈਸੇ ਤਾਂ 76 ਸਾਲ ਦੀ ਗੱਲ ਹੀ ਕਰ ਲਈਏ ਦੇਸ਼ ਨੂੰ ਆਜ਼ਾਦ ਹੋਇਆ ਜਿਹੜਾ ਹੋਇਆ, ਅਤੇ ਤੁਸੀਂ ਦੇਖੋ ਵੀ ਜਿਹੜੇ ਦਫ਼ਤਰ ਜਾਂਦੇ ਹੋ ਤੁਸੀਂ ਸ਼ਿਕਾਇਤਾਂ ਦੇ ਰਜਿਸਟਰ ਜਿਹੜੇ ਭਰੇ ਹੀ ਹੋਏ ਨੇ, ਪਰ ਸ਼ਿਕਾਇਤਾਂ ਜ਼ਰੂਰ ਲਿਖੀਆਂ ਪਰ ਉਹਨਾਂ ਦਾ ਹੱਲ ਨਹੀਂ ਹੋ ਰਿਹਾ। ਹੁਣ ਹੋਇਆ ਕਿ ਸਿਸਟਮ ਇੱਦਾਂ ਦਾ ਬਣ ਚੁੱਕਾ ਹੈ, ਸੀਐਮ ਸਾਹਿਬ ਇੱਕ ਬਹੁਤ ਆਪਣੇ ਬਹੁਤ ਜ਼ੋਰ ਨਾਲ ਆਪਣੀ ਸਾਰੀ ਤਨਦੇਹੀ ਨਾਲ ਲੱਗੇ ਨੇ ਵੀ ਉਹ ਜਿਹੜਾ ਸਿਸਟਮ ਹੈ ਨਾ ਉਹਨੂੰ ਚੇਂਜ ਕਰਨਾ। ਚਲੋ ਚੇਂਜ ਹੁੰਦਿਆਂ ਥੋੜ੍ਹਾ ਜਿਹਾ ਟਾਈਮ ਲੱਗਦਾ, ਪਰ ਸਾਡੇ ਸੀਐਮ ਸਾਹਿਬ ਜਿਹੜੇ ਨੇ ਉਹਨਾਂ ਨੇ ਹਿੰਮਤ ਦਿਖਾਈ ਹੈ ਵੀ ਇਹ ਸਿਸਟਮ ਨੂੰ ਚੇਂਜ ਕਰਨ ਦੀ, ਤਾਂ ਕਰ ਵੀ ਰਹੇ ਨੇ। ਉਹਦੇ ਵਿੱਚ ਤੁਸੀਂ ਦੇਖ ਲਓ 2 ਸਾਲ ਵੀ ਨਹੀਂ ਹੋਏ ਜੇ ਸਰਕਾਰ ਨੂੰ, ਕਿੱਦਾਂ ਕਿੱਦਾਂ ਦੇ ਕੰਮ ਜਿਹੜੇ ਨੇ ਸੀਐਮ ਸਾਹਿਬ ਨੇ ਜਿਹੜੇ ਕਰਾਤੇ ਨੇ। ਅਤੇ ਤੁਸੀਂ ਅੱਗੇ ਦੇਖਦੇ ਸੀਗੇ ਪੁਰਾਣੀਆਂ ਸਰਕਾਰਾਂ ਜਿਹੜੀਆਂ ਆਉਂਦੀਆਂ ਸੀਗੀਆਂ, ਉਹਨਾਂ ਸਰਕਾਰਾਂ ਦੇ ਵਿੱਚ 4 ਸਾਲ ਤਾਂ ਕੋਈ ਨਜ਼ਰ ਨਹੀਂ ਆਉਂਦਾ ਸੀਗਾ। 5ਵੇਂ ਸਾਲ ਆ ਕੇ ਨੀਂਹ ਪੱਥਰ ਲਾਉਂਦੇ ਸੀ, ਜਦ ਤੱਕ ਉਹ ਕੰਮ ਸ਼ੁਰੂ ਹੁੰਦਾ ਸੀਗਾ ਉਨੀ ਦੇਰ ਨੂੰ ਇਲੈਕਸ਼ਨ ਕੋਲ ਲੱਗ ਜਾਂਦਾ ਸੀ। ਅਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ, ਕੇਜਰੀਵਾਲ ਜੀ, ਉਹਨਾਂ ਦੀ ਜਿਹੜੀ ਸੋਚ ਹੈ, ਉਹਨਾਂ ਦੀ ਸੋਚ ਹੈ ਵੀ ਜਿਸ ਦਿਨ ਸਹੁੰ ਚੱਕੀ ਉਸ ਦਿਨ ਤੋਂ ਹੀ ਕੰਮ ਸ਼ੁਰੂ ਕਰ ਦਿਓ। ਖਟਖਟ ਗਲਾ ਸਹੁੰ ਚੱਕਦਿਆਂ ਸਾਰੀ ਉਸੇ ਦਿਨ ਤੋਂ ਹੀ ਉਹਨਾਂ ਨੇ ਕੰਮ ਸ਼ੁਰੂ ਕਰ ਦੇ।